ਜਿਹੜੀਆਂ ਕੁੜੀਆਂ ਮੁੰਡੇ ਇਹ ਸੋਚਦੇ ਆ ਕਿ ਮੈਂ ਲਾਈਫ 'ਚ ਕਰਨਾ ਤਾਂ ਬਹੁਤ ਕੁਛ ਚਾਹੁੰਦੀ, ਕਰਨਾ ਤਾਂ ਬਹੁਤ ਕੁਛ ਚਾਹੁੰਦਾ, ਪਰ ਮੈਂ ਕਰ ਨਹੀਂ ਸਕਦੇ, ਅਸੀਂ ਸਾਡੇ ਤੋਂ ਹੋਣਾ ਨਹੀਂ, ਸਾਡੀ ਔਕਾਤ ਨਹੀਂ। ਜੇ ਤੁਹਾਡੇ ਦਿਮਾਗ 'ਚ ਵੀ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਤਾਂ ਫਸਟ ਆਫ ਆਲ ਇਹ ਵੀਡੀਓ ਤੁਹਾਡੇ ਲਈ ਬਹੁਤ ਬੈਨੀਫਿਸ਼ੀਅਲ ਹੋਣ ਵਾਲੀ ਆ। ਵੈਲਕਮ ਟੂ ਮਾਈ ਯੂਟਿਊਬ ਚੈਨਲ, ਐਂਡ ਆਪਾਂ ਅੱਜ ਗੱਲ ਕਰਾਂਗੇ ਕਿ ਕੌਨਫੀਡੈਂਸ ਦੀ ਤੁਹਾਨੂੰ ਕਿਉਂ ਲੋੜ ਹੈ ਜਾਂ ਕਿਉਂ ਨਹੀਂ ਲੋੜ ਹੈਗੀ, ਜਾਂ ਅਗਰ ਚਾਹੀਦਾ ਹੈ ਤਾਂ ਕਿੱਦਾਂ ਬਿਲਡ ਕੀਤਾ ਜਾ ਸਕਦਾ ਹੈ। ਅਗਰ ਤਾਂ ਇਨਸਿਕਿਉਰਟੀਜ਼ ਜਿਹੜੀਆਂ ਮੈਂ ਦੱਸੀਆਂ ਕਿ ਤੁਸੀਂ ਆਹ ਕੰਮ ਨਹੀਂ ਕਰ ਸਕਦੇ, ਇੱਦਾਂ ਨਹੀਂ ਕਰ ਸਕਦੇ, ਉੱਦਾਂ ਨਹੀਂ ਕਰ ਸਕਦੇ, ਅਤੇ ਇਹ ਤੁਹਾਡੇ ਕੋਲ ਨਹੀਂ ਹੋ ਸਕਦਾ, ਇਹ ਫਸਟ ਆਫ ਆਲ ਤੁਹਾਡੇ ਆਪ ਦੇ ਥੋਟਸ ਹੈ ਹੀ ਨਹੀਂ। ਸਕੂਲ ਟਾਈਮ ਤੋਂ ਲੈ ਕੇ ਕਾਲਜ ਟਾਈਮ ਜਾਂ ਵਟ ਐਵਰ ਤੁਸੀਂ ਕਾਲਜ ਗਏ ਜਾਂ ਸੁਸਾਇਟੀ 'ਚ ਜਾਂ ਰਿਲੇਟਿਵਸ ਜਾਂ ਇੱਧਰੋਂ ਉੱਧਰੋਂ ਜਿਨ੍ਹਾਂ ਨੇ ਤੁਹਾਡੇ ਦਿਮਾਗ 'ਚ ਕਚਰਾ ਭਰਿਆ ਨਾ ਕਿ ਇਹ ਕੰਮ ਔਖਾ ਆ, ਤੂੰ ਸੁਸਾਇਟੀ 'ਚ ਇਹ ਕੰਮ ਕਰਨਾ ਤਾਂ ਚਾਹੁੰਦੀ, ਕਰਨਾ ਤਾਂ ਚਾਹੁੰਦਾ, ਪਰ ਤੇਰੇ ਤੋਂ ਹੋਣਾ ਨਹੀਂ, ਜਾਂ ਕੰਪੀਟੀਸ਼ਨ ਬਹੁਤ ਹੈ, ਇੱਦਾਂ ਇਹ ਸਾਰੀਆਂ ਉਹਨਾਂ ਦੇ ਨੈਗੇਟਿਵ ਥੋਟਸ ਤੁਹਾਡੇ ਬ੍ਰੇਨ 'ਚ ਆ। ਬਟ ਵਟ ਯੂ ਫੀਲ ਅਬਾਊਟ ਯੋਰ ਸੈਲਫ ਵੈਨ ਯੂ ਲੁੱਕ ਯੋਰ ਸੈਲਫ ਇਨ ਦਾ ਮਿਰਰ, ਅਤੇ ਉਹ ਮੈਟਰ ਕਰਦਾ ਕਿ ਸ਼ੀਸ਼ੇ ਵਿੱਚ ਖੜ ਕੇ ਤੁਹਾਨੂੰ ਆਪਦੇ ਆਪ ਨੂੰ ਕੌਨਫੀਡੈਂਸ ਆਉਂਦਾ ਹੈ ਕਿ ਮੈਂ ਆਹ ਚੀਜ਼ ਕਰ ਸਕਦੀ ਕਰ ਸਕਦਾ। ਅਗਰ ਹਲਕੀ ਜਿਹੀ ਵੀ ਇੱਕ ਹੋਪ ਦੀ ਕਿਰਨ ਹੈ ਮਿਰਰ 'ਚ ਖੜ ਕੇ, ਤੁਸੀਂ ਫੋਰ ਐਗਜ਼ਾਮਪਲ 5 ਸਾਲ ਬਾਅਦ ਕੋਈ ਡ੍ਰੀਮ ਅਚੀਵ ਕਰਨਾ ਚਾਹੁੰਦੇ, ਤੁਹਾਨੂੰ ਇੱਕ ਨਿੱਕੀ ਜਿਹੀ ਵੀ ਹੋਪ ਤੁਹਾਡੇ ਦਿਲ 'ਚ ਆਪਣੀਆਂ ਅੱਖਾਂ 'ਚ ਅੱਖਾਂ ਪਾ ਕੇ ਮਿਰਰ ਵਿੱਚ ਹੈਗੀ ਆ ਕਿ ਇਹ ਚੀਜ਼ ਮੈਂ ਕਰ ਸਕਦੀ ਹਾਂ, ਕਰ ਸਕਦਾ, ਉਨਾ ਚਿਰ ਅਨਟਿਲ ਅਨਲੈਸ ਕਿਸੇ ਰਿਸ਼ਤੇਦਾਰ ਕਿਸੇ ਸੁਸਾਇਟੀ ਦੀ ਗੱਲ ਸੁਣਨ ਦੀ, ਈਵਨ ਤੁਹਾਡੇ ਫਰੈਂਡਸ, ਈਵਨ ਤੁਹਾਡੀ ਫੈਮਿਲੀ ਦੀ ਵੀ, ਕਿਉਂਕਿ ਇਹ ਲੋਕ ਤੁਹਾਡੀ ਸਪੋਰਟ ਉਦੋਂ ਕਰਦੇ ਨੇ, ਲੋਕ ਤੁਹਾਨੂੰ ਐਪਰੀਸ਼ੀਏਟ ਉਦੋਂ ਕਰਦੇ ਨੇ ਜਦੋਂ ਲੋਕਾਂ ਨੂੰ ਤੁਹਾਡੇ ਵਿੱਚ ਤੁਹਾਡੇ ਕੰਮ ਦੇ ਵਿੱਚ ਰਿਜ਼ਲਟ ਦੇਖਣਾ ਸ਼ੁਰੂ ਹੁੰਦਾ। ਐਂਡ ਤੁਹਾਡੀ ਫਸਟ ਚੀਜ਼ ਮੋਰਨਿੰਗ ਦੀ, ਤੁਹਾਡੀ ਫਸਟ ਚੀਜ਼ ਹੋਣੀ ਚਾਹੀਦੀ ਹੈ ਕਿ ਯੂਅਰ ਗੋਲ ਇਜ਼ ਨੋਟ ਸ਼ੁੱਡ ਬੀ ਟੂ ਵੇਕ ਅਪ ਅਰਲੀ, ਬਟ ਯੂਅਰ ਗੋਲ ਇਜ਼ ਸ਼ੁੱਡ ਬੀ ਟੂ ਵੇਕ ਅਪ ਹੈਪੀ। ਕਿ ਮੈਂ ਦਿਲ ਦੀਆਂ ਗੱਲਾਂ ਕਰ ਰਿਹਾ, ਮੈਂ ਕੋਈ ਬਾਕੀ ਯੂਟਿਊਬਰਾਂ ਵਾਂਗੂ, ਮਤਲਬ ਕੋਈ ਪ੍ਰੋਫੈਸ਼ਨਲ ਗੱਲ ਨਹੀਂ ਸਮਝਾ ਰਿਹਾ, ਦਿਲ ਦੀਆਂ ਗੱਲਾਂ ਦੱਸ ਰਿਹਾ ਜਿਹੜੀਆਂ ਸਾਰੇ ਕੁੜੀਆਂ ਮੁੰਡਿਆਂ 'ਤੇ ਵਾਪਰ ਰਹੀਆਂ, ਜਾਂ ਮੈਂ ਵੀ ਤੁਹਾਡੇ ਵਾਂਗੂ, ਤੁਹਾਡਾ ਯੰਗ ਦੇ ਇੱਕ ਜਵਾਨ ਜਿਹਾ ਭਰਾ ਲਾ ਲਓ, ਦੋਸਤ ਲਾ ਲਓ, ਦਿਲ ਦੀਆਂ ਗੱਲਾਂ ਕਰੂੰਗਾ, ਹੈ ਨਾ। ਕਿਉਂਕਿ ਯੂਟਿਊਬ 'ਤੇ ਹੁਣ ਮੈਂ ਕੰਮ ਡੇਲੀ ਸ਼ੁਰੂ ਕਰਤਾ, ਬਹੁਤ ਮੈਸੇਜ ਆਉਂਦੇ ਮੈਨੂੰ, ਗਾਲਾਂ ਵੀ ਆਉਂਦੀਆਂ ਮੇਰੇ ਪਰਸਨਲ ਦੋਸਤਾਂ ਦੀਆਂ ਕਿ ਤੂੰ ਕਿਉਂ ਨਹੀਂ ਕੰਟੈਂਟ ਪਾਉਂਦਾ ਯੂਟਿਊਬ 'ਤੇ, ਹੈ ਨਾ। ਮੈਂ ਤਾਂ ਪਹਿਲਾਂ 2 ਦਿਨ ਸਟਾਰਟਿੰਗ 'ਚ ਜਦੋਂ ਪਿਛਲੇ ਸਾਲ ਮੈਂ ਇੱਕ ਦੋ ਵੀਡੀਓ ਬਣਾਉਣੀਆਂ ਸ਼ੁਰੂ ਕੀਤੀਆਂ, ਮੈਨੂੰ ਇਹ ਵੀ ਨਹੀਂ ਸੀ ਪਤਾ ਲੱਗਦਾ, ਆਪਾਂ ਥੋੜ੍ਹਾ ਚਿੱਲ ਰੱਖਾਂਗੇ ਅਤੇ ਵਿੱਚ ਗੱਲਾਂ ਕਰਾਂਗੇ ਸਾਰੀਆਂ, ਮੈਨੂੰ ਇਹ ਵੀ ਨਹੀਂ ਸੀ ਪਤਾ ਲੱਗਦਾ ਮੈਂ ਪ੍ਰੋਪਰਲੀ ਕਿੱਧਰ ਦੇਖਾਂ, ਇੱਥੇ ਕੈਮਰੇ ਵੱਲ ਦੇਖਾਂ ਜਾਂ ਇੱਧਰ ਦੇਖਾਂ। ਮੈਂ 1-2 ਵੀਡੀਓਜ਼ ਆਪਣੇ ਮੂੰਹ ਵੱਲ ਦੇਖ ਕੇ ਬਣਾਈਆਂ, ਫਿਰ ਬਾਅਦ 'ਚ ਮੈਨੂੰ ਲੱਗਾ ਮੈਂ ਤਾਂ ਯਾਰ ਅੱਖਾਂ ਤੋਂ ਟੀਰਾ ਜਿਹਾ ਲੱਗਦਾ, ਫਿਰ ਮੈਨੂੰ ਪਤਾ ਲੱਗਾ ਵੀ ਇੱਥੇ ਕੈਮਰੇ 'ਚ ਦੇਖਣਾ ਹੁੰਦਾ। ਬੈਕ ਟੂ ਅਵਰ ਟੋਪਿਕ, ਹਾਊ ਟੂ ਬਿਲਡ ਕੌਨਫੀਡੈਂਸ। ਕੌਨਫੀਡੈਂਸ ਦੀ ਤੁਹਾਨੂੰ ਲੋੜ ਕਦੋਂ ਹੁੰਦੀ ਅਤੇ ਕਿਉਂ ਨਹੀਂ ਹੁੰਦੀ, ਜਾਂ ਕਿਉਂ ਨਹੀਂ ਹੋਣੀ ਚਾਹੀਦੀ, ਜਾਂ ਕਿਉਂ ਹੋਣੀ ਚਾਹੀਦੀ ਹੈ। ਪਹਿਲੀ ਗੱਲ ਤਾਂ ਤੁਹਾਨੂੰ ਆਪ ਦੀ ਲਾਈਫ ਜੀਣ ਲਈ ਕੌਨਫੀਡੈਂਸ ਕਿਉਂ ਚਾਹੀਦਾ ਹੈ, ਹੈ ਨਾ। ਫੋਰ ਐਗਜ਼ਾਮਪਲ, ਹੁਣ ਮੈਂ ਸਵੇਰ ਨੂੰ ਸੁੱਤਾ ਉੱਠਿਆ, ਮੈਂ ਹੈਪੀ ਉੱਠਿਆ, ਮੈਂ ਲੇਟ ਉੱਠਿਆ, ਮੈਂ ਨਹੀਂ ਕਹਿੰਦਾ ਕਿ ਅਨਡਿਸਿਪਲਿਨ ਹੋ ਜਾਓ ਜਾਂ ਲੇਟ ਉੱਠੋ, ਬਟ ਜਦੋਂ ਸਵੇਰੇ ਉੱਠਦੇ ਸਾਰ ਟੈਨਸ਼ਨਾਂ ਲੈਂਦੇ ਕਿ ਮੇਰੀ ਲਾਈਫ 'ਚ ਆਹ ਨਹੀਂ ਚੰਗਾ, ਉਹ ਨਹੀਂ ਚੰਗਾ, ਆਹ ਨਹੀਂ ਡ੍ਰੀਮ ਪੂਰਾ ਹੋ ਰਿਹਾ, ਪੈਸਿਆਂ ਦੀ ਤੰਗੀ ਹੈ, ਰਿਸ਼ਤੇਦਾਰਾਂ ਨੇ ਇੱਦਾਂ ਕਿਹਾ, ਤਾਂ ਪਾਪਾ ਨੂੰ ਸਪੋਰਟ ਕਰਨਾ, ਮੰਮਾ ਨੂੰ ਸਪੋਰਟ ਕਰਨਾ, ਜੇ ਤੁਸੀਂ ਉੱਠਦੇ ਸਾਰ ਪੂਰੀ ਦੁਨੀਆਂ ਦਾ ਬਰਡਨ ਆਪਣੇ ਸਿਰ 'ਤੇ ਲੈ ਲਉਂਗੇ ਤਾਂ ਤੁਸੀਂ ਜੀਓਗੇ ਕਦ? ਤੁਹਾਡੇ ਬਾਪ ਨੂੰ, ਤੁਹਾਡੀ ਮਾਂ ਨੂੰ ਤੁਹਾਡੀ ਸਪੋਰਟ ਦੀ ਲੋੜ ਹੈ, ਤੁਸੀਂ ਉਹਨਾਂ ਲਈ ਕੁਛ ਕਰਨਾ ਹੈ। ਬਟ ਜੇ ਤੁਸੀਂ ਮੋਰਨਿੰਗ ਉੱਠਦੇ ਸਾਰ ਸਿਰਫ ਨੈਗੇਟਿਵ ਚੀਜ਼ਾਂ 'ਤੇ ਧਿਆਨ ਦਿੱਤਾ ਕਿ ਮੈਂ ਆਹ ਕਰਨਾ ਚਾਹੁੰਦਾ ਆਪਣੀ ਫੈਮਿਲੀ ਲਈ, ਆਹ ਕਰਨਾ ਚਾਹੁੰਦੀ, ਬਟ ਇਹ ਹੋ ਨਹੀਂ ਰਿਹਾ, ਸਵੇਰੇ ਉੱਠਦੇ ਸਾਰ ਅਗਰ ਇਹ ਸੋਚੋਗੇ ਤਾਂ ਤੁਸੀਂ ਜੀਓਗੇ ਕਦ? ਅਗਰ ਤੁਸੀਂ ਲਾਈਫ 'ਚ ਆਪਣੇ ਕੁਛ ਕਰਨਾ ਚਾਹੁੰਦੇ ਆ, ਪਹਿਲੀ ਚੀਜ਼ ਆਪਣੀ ਬਾਡੀ ਅਤੇ ਆਪਣੀ ਮਾਇੰਡ ਨੂੰ ਇੱਕ ਅਲਾਈਨਮੈਂਟ 'ਚ ਰੱਖੋ, ਪੋਜ਼ਿਟਿਵਿਟੀ। ਜੇ ਤੁਹਾਡਾ ਸਰੀਰ ਨਹੀਂ ਹੈਲਦੀ ਹੈਗਾ, ਤੁਹਾਡਾ ਮਾਇੰਡ ਵੀ ਨਹੀਂ ਹੈਲਦੀ ਰਹੂਗਾ। ਜੇ ਮਾਇੰਡ ਨਹੀਂ ਹੈਲਦੀ ਹੈਗਾ ਤਾਂ ਸਰੀਰ ਆਟੋਮੈਟਿਕਲੀ ਨਹੀਂ, ਤੁਸੀਂ ਬੈੱਡ ਤੋਂ ਉੱਠਣ ਦਾ ਦਿਲ ਕਰੂਗਾ ਜੇ ਤੁਸੀਂ ਉਦਾਸ ਆ। ਅਤੇ ਤੁਹਾਨੂੰ ਪਹਿਲੀ ਗੱਲ ਕੌਨਫੀਡੈਂਸ, ਅਗਰ ਮੈਂ 2 ਚੀਜ਼ਾਂ ਦੱਸੂੰਗਾ ਕਿ ਕੌਨਫੀਡੈਂਸ ਕਿਉਂ ਨਹੀਂ ਚਾਹੀਦਾ ਔਰ ਚਾਹੀਦਾ ਵੀ ਕਿਉਂ ਆ, ਕਿਉਂ ਨਹੀਂ ਚਾਹੀਦਾ ਆਪਣੀ ਜ਼ਿੰਦਗੀ ਜੀਣ ਲਈ।
ਹੁਣ ਫੋਰ ਐਗਜ਼ਾਮਪਲ ਮੈਂ ਯੂਟਿਊਬ 'ਤੇ ਤੁਹਾਡੇ ਲਈ ਕੰਟੈਂਟ ਬਣਾ ਰਿਹਾ ਜਾਂ ਇੰਸਟਾ 'ਤੇ ਕੋਈ ਤੁਹਾਡੇ ਲਈ ਕੁਛ ਬਣਾ ਰਿਹਾ ਜਾਂ ਹੈ ਨਾ ਕੰਮ ਕਰ ਰਿਹਾ, ਜੇ ਮੈਂ ਇਹ ਸੋਚਾਂ ਕਿ ਯਾਰ ਮੈਂ ਬਣਾਵਾਂ ਨਾ ਬਣਾਵਾਂ, ਜਿਹੜੇ ਲੱਖ ਬੰਦਾ ਜਾਂ 2 ਲੱਖ ਜਿੰਨੀ ਵੀ ਵੀਡੀਓ ਦੀ ਰੀਚ ਜਾਂਦੀ ਹੈ, 10 ਲੱਖ ਜਾਂਦੀ ਹੈ, 5 ਲੱਖ ਜਾਂਦੀ ਹੈ, ਉਹ ਬੰਦੇ ਦੇ ਸੋਚਣ ਨਾ ਕਿ ਉਹ ਮੇਰੇ ਬਾਰੇ ਕੀ ਸੋਚੂਗੇ, ਉਹਨਾਂ ਦੇ ਓਪੀਨੀਅਨ ਸੋਚ ਕੇ ਮੈਂ ਘਰ ਬੈਠਾ ਕੰਮੇ ਨਾ ਸ਼ੁਰੂ ਕਰਾਂ। ਫੋਰ ਐਗਜ਼ਾਮਪਲ ਅਗਰ ਮੈਂ ਮਾਰਕੀਟ ਦੇ ਵਿੱਚ ਜਾ ਕੇ ਹੁਣ ਕੋਕ ਦੀ ਬੋਤਲ ਲੈ ਕੇ ਆਉਣੀ ਹੈ, ਗਰਮੀ ਹੈ, ਮੇਰਾ ਕੋਕ ਪੀਣ ਦਾ ਮਨ ਹੈ, ਜੇ ਮੈਂ ਇਹ ਸੋਚਾਂ ਯਾਰ ਮੈਂ ਪਜਾਮਾ ਪੁਰਾਣਾ ਪਾਇਆ ਹੋਇਆ ਹੈ, ਮੇਰੀ ਸ਼ਰਟ, ਆਹ ਸ਼ਰਟ ਪਾਪਾ ਦੀ ਹੈ, ਮੈਨੂੰ ਇੰਨੀਆਂ ਕੰਫਰਟੇਬਲ ਲੱਗਦੀਆਂ ਨਾ ਪਾਪਾ ਦੀਆਂ ਸ਼ਰਟਾਂ ਕਿ ਲੂਜ਼ ਹੈ, ਮੇਰੇ ਸਹੀ ਨਹੀਂ ਲੱਗਦੀ, ਬਟ ਮੈਨੂੰ ਤਾਂ, ਸੋਰੀ ਟੂ ਸੇ, ਮੈਂ ਗਾਲ ਨਹੀਂ ਕੱਢਣਾ ਚਾਹੁੰਦਾ, ਬਟ ਮੈਨੂੰ ਤਾਂ ਸਾਲਾ ਕੋਕ ਚਾਹੀਦਾ ਨਾ, ਗਰਮੀ, ਮੇਰੇ ਘਰਦਿਆਂ ਨੇ ਕੋਕ ਮੰਗਾਇਆ ਸੀ, ਕੋਕ ਪੀਣਾ। ਮੈਂ ਲੋਕਾਂ ਨੂੰ ਦੇਖ ਕੇ ਕਿ ਮੈਂ ਕੋਕ ਨਹੀਂ ਲੈ ਕੇ ਆਉਣਾ, ਇਹ ਬਹੁਤ ਛੋਟੀਆਂ ਐਗਜ਼ਾਮਪਲਾਂ ਦੇ ਰਿਹਾ ਕਿਉਂਕਿ ਇਹ ਚੀਜ਼ਾਂ ਮੈਂ ਦੇਖੀਆਂ ਹੋਈਆਂ ਖੁਦ ਨਾਲ ਹੁੰਦੀਆਂ ਇੱਕ ਟਾਈਮ 'ਤੇ, ਅੱਜ ਤੋਂ 3-4 ਸਾਲ ਪਹਿਲਾਂ, ਅਤੇ ਤੁਹਾਡੇ ਨਾਲ ਵੀ ਕਈਆਂ ਨਾਲ, ਜਿਹੜੇ 16, 17, 18, 19, 21 ਵਾਲੇ, ਕਈਆਂ ਨਾਲ ਹੁੰਦੀਆਂ, ਈਵਨ ਕਈ 27, 28, 30 ਵਾਲਿਆਂ ਨਾਲ ਵੀ ਹੁੰਦੀਆਂ, ਜਿਹਨਾਂ 'ਚ ਲੈਕ ਆਫ ਕੋਨਫੀਡੈਂਸ ਮੇਰੇ ਪਿਆਰੇ ਪਿਆਰੇ ਭੈਣ ਭਰਾਵਾਂ 'ਚ। ਅਤੇ ਤੁਹਾਨੂੰ ਆਪ ਦੀ ਜ਼ਿੰਦਗੀ ਜੀਣ ਲਈ ਕੋਨਫੀਡੈਂਸ ਨਹੀਂ ਚਾਹੀਦਾ, ਅਤੇ ਕੋਨਫੀਡੈਂਸ ਚਾਹੀਦਾ ਵੀ ਕਿਉਂ ਆ? ਫੋਰ ਐਗਜ਼ਾਮਪਲ 100 ਬੰਦਿਆਂ ਦੇ ਵਿੱਚ ਤੁਹਾਨੂੰ ਕੋਈ ਅਪੋਰਚੁਨਿਟੀ ਮਿਲਦੀ ਪਈ ਆ, ਕਿ ਕਿਸੇ ਨੇ ਕਹਿਤਾ ਕਿ 100 ਬੰਦਿਆਂ ਦੇ ਵਿੱਚ ਜਿਹੜਾ ਅੱਗੇ ਆ ਕੇ ਗਾਣਾ ਸੁਣਾਊਗਾ ਉਹਨੂੰ ਆਪਾਂ 10 ਲੱਖ ਰੁਪਈਆ ਦੇਵਾਂਗੇ, 99 ਬੰਦੇ ਡਰ ਗਏ, ਹੁਣ ਉੱਥੇ ਤੁਹਾਡੇ 'ਚ ਕੋਨਫੀਡੈਂਸ ਕਿਉਂ ਚਾਹੀਦਾ ਆ? ਕਿ ਅਗਰ ਕੋਈ, ਇਹ ਮੈਂ ਬਹੁਤ ਇਰਰੈਲੀਵੈਂਟ ਜਿਹੀਆਂ ਐਗਜ਼ਾਮਪਲਾਂ ਦੇ ਰਿਹਾ, ਬਟ ਤੁਹਾਡੇ ਸਮਝਣ 'ਚ ਹੈਲਪ ਰਹੂੰਗੀਆਂ ਕਿਉਂਕਿ ਥੋੜ੍ਹੀਆਂ ਫਨੀ ਆ। ਹੁਣ ਉੱਥੇ ਤੁਹਾਡੇ 'ਚ ਕੋਨਫੀਡੈਂਸ ਕਿਉਂ ਜ਼ਰੂਰੀ ਆ? ਤੁਹਾਨੂੰ ਤੁਹਾਡੇ ਮਾਇੰਡ 'ਚ ਇਹ, ਹੁਣ ਇਹ ਨਹੀਂ ਹੋਣਾ ਚਾਹੀਦਾ ਕਿ ਯਾਰ ਮੇਰੀ ਆਵਾਜ਼ ਨਹੀਂ ਵਧੀਆ, ਮੈਂ ਵਧੀਆ ਨਹੀਂ ਗਾਣਾ ਸੁਣਾਉਂਦਾ, ਤੁਹਾਨੂੰ ਇਹ ਹੋਣਾ ਚਾਹੀਦਾ ਮੈਨੂੰ ਲਿਰਿਕਸ ਆਉਂਦੇ ਆ, ਮੈਨੂੰ ਲਾਈਨਸ ਆਉਂਦੀਆਂ, ਜਿੱਦਾਂ ਦੀ ਵੀ ਮੇਰੀ ਆਵਾਜ਼ ਹੈ, ਤੁਹਾਨੂੰ ਪਤਾ ਕਿ ਉਹ 2 ਲਾਈਨਾਂ ਸੁਣਾ ਕੇ ਮੈਨੂੰ 10 ਲੱਖ ਰੁਪਇਆ ਮਿਲ ਜਾਣਾ, 10 ਲੱਖ 5 ਲੱਖ ਜੋ ਵੀ ਤੁਹਾਨੂੰ ਚੈਲੰਜ ਦਿੱਤਾ, ਤਾਂ ਉੱਥੇ ਤਾਂ ਜਿਹ 'ਚ ਕੋਨਫੀਡੈਂਸ ਹੋਣਾ ਚਾਹੀਦਾ ਤੁਹਾਡੇ ਵਿੱਚ ਕਿ ਤੁਸੀਂ ਸਟੈਂਡ ਆਊਟ ਉਹਨਾਂ 'ਚੋਂ ਨਿਕਲ ਕੇ ਉਹ ਚੀਜ਼ ਕਰਨੀ, ਕਿਉਂਕਿ ਤੁਹਾਡਾ ਬੈਨੀਫਿਟ ਹੋ ਰਿਹਾ ਇਸ ਦੁਨੀਆ ਵਿੱਚ। ਮੈਂ ਤੁਹਾਨੂੰ ਦੱਸਦਾ, ਹਰ ਕੁੜੀ ਹਰ ਮੁੰਡਾ ਇਹ ਗੱਲ ਸੁਣ ਲਿਓ ਕਿ ਇਸ ਦੁਨੀਆ ਦੇ ਵਿੱਚ ਨਾ ਤਾਂ ਕੁਛ ਵੀ ਸੈਕਸੀ ਆ, ਕੋਈ ਕੱਪੜੇ, ਕੋਈ ਤੁਹਾਡੀ ਜੀਨਸ, ਕੋਈ ਕੁਛ ਵੀ, ਕੋਈ ਤੁਹਾਡੇ ਬਾਲਾਂ ਦਾ ਹੇਅਰ ਸਟਾਈਲ ਜਾਂ ਕੁਛ ਵੀ, ਇਸ ਦੁਨੀਆ ਸਭ ਤੋਂ ਜ਼ਿਆਦਾ ਬਿਊਟੀਫੁਲ ਐਂਡ ਸੈਕਸੀ ਆ ਤੁਹਾਡਾ ਕੋਨਫੀਡੈਂਸ, ਜਿਹੜਾ ਕਿ ਤੁਹਾਡੀਆਂ ਅੱਖਾਂ ਦੇ ਵਿੱਚ ਝਲਕਦਾ ਆ। ਅੱਜ ਤੋਂ 3-4 ਸਾਲ ਪਹਿਲਾਂ, 5 ਸਾਲ ਪਹਿਲਾਂ ਮੈਂ ਇੱਦਾਂ ਦਾ ਹੁੰਦਾ ਸੀ ਕਿ ਅਗਰ 10 ਬੰਦੇ ਬਾਜ਼ਾਰ 'ਚ ਕੋਈ ਮੇਰੇ ਵੱਲ ਦੇਖ ਰਹੇ, ਮੈਂ ਆਪਣੇ ਕਿਸੇ ਦੋਸਤ ਨਾਲ, ਫੈਮਿਲੀ ਜਾਂ ਫਰੈਂਡ ਨਾਲ, ਕਿਸੇ ਲੜਕੀ ਨਾਲ, ਕਿਸੇ ਮੁੰਡੇ ਨਾਲ ਬੈਠਾ ਰੈਸਟੋਰੈਂਟ ਖਾ ਰਿਹਾ, ਕੋਈ ਮੇਰੇ ਵੱਲ ਦੇਖਦਾ, ਮੈਨੂੰ ਹੋਰ ਤਰ੍ਹਾਂ ਅਨਕੰਫਰਟੇਬਲ ਜਿਹਾ ਹੋਈ ਜਾਣਾ। ਹੁਣ ਮੈਨੂੰ ਇੱਦਾਂ ਹੁੰਦਾ, ਮੈਨੂੰ 200 ਬੰਦਿਆਂ 'ਚ, 500 ਬੰਦਿਆਂ 'ਚ ਵੀ ਮਾਈਕ ਫੜਾ ਦਿਉ ਜਾਂ ਕੋਈ ਕਹਿ ਦਿਉ ਤੂੰ ਆਹ ਬੋਲ ਕੇ ਕਰਨਾ ਆ, ਜਾਂ ਸਟ੍ਰੇਂਜਰ ਨਾਲ ਕਿਸੇ ਨਾਲ ਗੱਲ ਕਰਨੀ ਆ, ਕੋਨਫੀਡੈਂਸ ਤੁਹਾਡੀਆਂ ਅੱਖਾਂ 'ਚ ਝਲਕਦਾ, ਇਹ ਇੰਨਾ ਸੈਕਸੀ ਅਤੇ ਪਿਆਰਾ ਲੱਗਦਾ ਨਾ, ਵੈਨ ਯੂ ਲੁੱਕ ਕੋਨਫੀਡੈਂਟ ਤੁਸੀਂ ਅਟਰੈਕਟ ਕਰਦੇ ਆ ਹੋਰ ਪੋਜ਼ਿਟਿਵ ਲੋਕਾਂ ਨੂੰ ਆਪਣੇ ਵੱਲ, ਜਿਨ੍ਹਾਂ ਨੂੰ ਤੁਸੀਂ ਇਹ ਅਬਿਲਿਟੀ ਦਿੰਦੇ ਆ, ਇਹ ਅਲੋਨੈਸ ਦਿੰਦੇ ਕਿ ਯਾ ਆਪਣੇ ਵਰਗੇ ਬਣ ਕੇ ਵੀ ਰਿਹਾ ਜਾ ਸਕਦਾ ਆ। ਜਦੋਂ ਤੁਸੀਂ ਸੋਸਾਇਟੀ 'ਚ ਆਪਣੇ ਵਰਗੇ ਬਣ ਕੇ ਜਿਉਂਦੇ ਆ ਨਾ, ਤੁਸੀਂ ਆਲੇ ਦੁਆਲੇ ਦੇ ਬਹੁਤ ਲੋਕਾਂ ਨੂੰ ਇੰਸਪਾਇਰ ਕਰਦੇ ਕਿ ਉਹ ਵੀ ਤੁਹਾਡੇ ਵਾਂਗੂ ਦੇਖ ਕੇ ਖੁੱਲ੍ਹ ਕੇ ਜੀ ਸਕਣ ਕਿ ਯਾਰ ਦਿਸ ਇਜ਼ ਏ ਮਿਰੇਕਲ ਟੂ ਬੀ ਔਨ ਦਿਸ ਅਰਥ, ਕਿ ਇੱਥੇ ਹੋਣਾ ਇੱਕ ਜਾਦੂ ਆ, ਸੋ ਆਪਣੇ ਵਰਗੇ ਬਣ ਕੇ ਜੀਓ। ਕਿਸੇ ਵਰਗੀ ਕਾਪੀ ਕਰੂੰਗੇ, ਕਿਸੇ ਵਰਗੇ ਬਣਨਾ ਚਾਹੋਗੇ, ਨਾ ਤਾਂ ਤੁਸੀਂ ਆਪਣੇ ਵਰਗੇ ਰਹਿ ਜੂਗੇ, ਨਾ ਤੁਸੀਂ ਉਹਦੇ ਵਰਗੇ ਫੁੱਲੀ ਬਣ ਪਾਓਗੇ, ਤੁਹਾਡੀ ਆਪਣੀ ਸ਼ਖਸੀਅਤ ਖਤਮ। ਸਮਝੋ ਇਹਨਾਂ ਚੀਜ਼ਾਂ ਨੂੰ। ਅਤੇ ਕੋਨਫੀਡੈਂਸ ਆਉਂਦਾ ਕਿਵੇਂ ਆ? ਇਸ ਵੀਡੀਓ 'ਚ ਜ਼ਿਆਦਾ ਲੰਬੀ ਹੋ ਗਈ, 7 ਮਿੰਟ ਦੀ, 10 ਕਦੀ ਪੂਰੀ ਕਰਦੇ ਹਾਂ ਆਪਾਂ। ਕੋਨਫੀਡੈਂਸ ਆਉਂਦਾ ਕਿੱਦਾਂ ਹੈ? ਕੋਨਫੀਡੈਂਸ ਤੁਹਾਡਾ ਪਹਿਲਾਂ ਤਾਂ ਘੱਟਦਾ ਕਿੱਦਾਂ ਹੈ? ਕੋਨਫੀਡੈਂਸ ਤੁਹਾਡਾ, ਜਿਹੜੇ ਬਹੁਤ ਕੁੜੀਆਂ ਮੁੰਡੇ ਮੈਨੂੰ ਕਹਿੰਦੇ ਆ, ਅੱਜ ਤੱਕ ਬਹੁਤ ਕੁੜੀਆਂ ਮੁੰਡਿਆਂ ਦੇ ਮੈਨੂੰ ਡੇਲੀ ਮੈਸੇਜ ਆਉਂਦੇ ਰਹਿੰਦੇ ਕਿ ਕੋਨਫੀਡੈਂਸ ਰਿਗਾਰਡਿੰਗ ਸਮਝਾਓ। ਮੈਂ ਤੁਹਾਨੂੰ ਦੱਸਦਾ ਇਹ ਘੱਟਦਾ ਕਿੱਦਾਂ ਅਤੇ ਆਉਂਦਾ ਕਿੱਦਾਂ। ਜਦੋਂ ਤੁਹਾਡਾ ਮਾਇੰਡ ਔਰ ਬੋਡੀ ਇੱਕ ਦੂਜੇ ਨੂੰ ਟਰੱਸਟ ਕਰਨਾ ਸ਼ੁਰੂ ਕਰਦਾ ਆ, ਆਪਸ 'ਚ ਤਾਲਮੇਲ ਬਣਾਉਂਦਾ ਆ,
ਤੁਸੀਂ ਆਪਣੇ ਆਪ ਨੂੰ ਕਿਹਾ ਕਿ ਅੱਜ ਮੈਂ ਸ਼ਾਮ ਨੂੰ ਸਾਈਕਲਿੰਗ 10 ਮਿੰਟ ਕਰਕੇ ਆਉਣੀ, ਫੋਰ ਐਗਜ਼ਾਮਪਲ, ਤੁਸੀਂ ਉਹ ਇੱਕ ਦਿਨ ਨਹੀਂ ਕੀਤੀ, ਦੋ ਦਿਨ ਨਹੀਂ ਕੀਤੀ, ਕਹਿ ਕੇ ਮੁੱਕਰ ਗਏ, ਤੁਹਾਡਾ ਮਾਇੰਡ ਔਰ ਬੋਡੀ ਆਪਸ 'ਚ ਕਲੈਸ਼ ਕਰਨ ਲੱਗ ਪੈਂਦੇ ਆ, ਤੁਹਾਡੀ ਖੁਦ ਨਾਲ, ਤੁਹਾਡੀ ਸ਼ਖਸੀਅਤ ਦਾ ਖੁਦ ਨਾਲ ਤਾਲਮੇਲ ਨਹੀਂ ਰਹਿੰਦਾ ਕਿ ਮੈਂ ਕੋਈ ਪ੍ਰੋਮਿਸ ਕੀਤਾ ਸੀ ਪੂਰਾ ਤਾਂ ਕੀਤਾ ਨਹੀਂ, ਤੁਹਾਡੀ ਕਰੈਕਟਰ ਆਪਣੀ ਨਿਗਾਹ 'ਚ ਇੱਕ ਸ਼ਿੱਟ ਦੀ ਤਰ੍ਹਾਂ ਬਣ ਜਾਂਦਾ ਕਿ ਯਾਰ ਮੈਂ ਆਹ ਵੀ ਕਹੀ ਇੰਨਾ ਕਰਨਾ, ਆਹ ਵੀ ਕਹੀ ਇੰਨੀ ਕਰਨਾ, ਪਰ ਕਰਦੀ ਤਾਂ ਹੈ ਨਹੀਂ, ਕਰਦਾ ਤਾਂ ਹੈ ਨਹੀਂ, ਉਹ ਤੁਹਾਡਾ ਕੌਨਫੀਡੈਂਸ ਡਾਊਨ ਜਾਂਦਾ। ਜਦੋਂ ਛੋਟੀ ਛੋਟੀ ਚੀਜ਼ ਤੋਂ ਸ਼ੁਰੂ ਕਰੋ, ਫੋਰ ਐਗਜ਼ਾਮਪਲ, ਤੁਸੀਂ ਖਾਣਾ ਖਾਧਾ, ਤੁਹਾਡੀ ਖਾਣੇ ਦੀ ਪਲੇਟ ਵਾਸ਼ ਕਰਨ ਵਾਲੀ ਆ, ਅਤੇ ਤੁਸੀਂ ਪਹਿਲਾਂ ਤਾਂ ਸੋਚ ਲਿਆ ਮਾਂਜ ਦਵਾਂ ਕਿ ਚੱਲ ਛੱਡ ਮੰਮਾ ਮਾਂਜ ਦੂਗੇ, ਇੱਕ ਦਿਨ, ਦੋ ਦਿਨ, ਤਿੰਨ ਦਿਨ, ਫਿਰ ਤੁਸੀਂ ਤੁਹਾਡਾ ਸੈਡ ਹੋ ਰਹੇ ਹਾਂ ਕਿ ਮੈਂ ਕੁਛ ਨਹੀਂ ਕਰ ਰਿਹਾ, ਮੈਂ ਕਿਸੇ ਜੋਗੀ ਨਹੀਂ, ਮੈਂ ਕੁਛ ਨਹੀਂ। ਜਦੋਂ ਤੁਸੀਂ ਡੇਲੀ ਆਪਣੀ ਬਰਤਨ, ਇੱਕ ਐਗਜ਼ਾਮਪਲ ਬਹੁਤ ਛੋਟੀ ਆ ਬਟ ਬਹੁਤ ਬੈਨੀਫਿਸ਼ੀਅਲ ਆ, ਜਦੋਂ ਤੁਸੀਂ ਆਪਣੇ ਬਰਤਨ ਦੀ ਪਲੇਟ ਵੀ ਡੇਲੀ ਮਾਂਜੋਗੇ ਨਾ, ਆਪਣੇ ਮੰਮਾ ਪਾਪਾ ਦੇ ਮਾਂਜਣ ਲਈ, ਕਿਸੇ ਲਈ ਫੈਮਿਲੀ ਮੈਂਬਰ ਲਈ ਨਹੀਂ ਛੱਡੂਗੇ, ਖੁਦ ਵਾਸ਼ ਕਰੂੰਗੇ, ਤੁਹਾਡਾ ਆਪਣੇ ਆਪ ਨਾਲ ਇੱਕ ਟਰੱਸਟ ਬਿਲਡ ਹੋਊਗਾ ਕਿ ਜਿਹੜੀਆਂ ਵੀ ਮੈਂ ਛੋਟੀਆਂ ਛੋਟੀਆਂ ਚੀਜ਼ਾਂ ਕਹਿੰਦੀ ਹਾਂ ਅਤੇ ਉਹ ਕਰਦੀ ਹਾਂ ਅਤੇ ਉਹ ਪੂਰੀਆਂ ਹੁੰਦੀਆਂ ਆ, ਅਤੇ ਤੁਹਾਡਾ ਆਪ ਆਪਣੇ ਆਪ ਨਾਲ ਇੱਕ ਬੌਂਡ, ਇੱਕ ਟਰੱਸਟ ਬਣ ਜੂ ਕਿ ਜੋ ਵੀ ਮੈਂ ਕਹਿੰਦੀ ਹਾਂ ਜਾਂ ਕਹਿੰਦਾ ਹਾਂ ਉਹ ਮੈਂ ਕਰਦੀ ਹਾਂ, ਇੱਦਾਂ ਤੁਹਾਡੇ 'ਚ ਕੌਨਫੀਡੈਂਸ ਆਉਂਦਾ। ਫੋਰ ਐਗਜ਼ਾਮਪਲ, ਤੁਸੀਂ ਡੇਲੀ ਅਗਰ ਇਹ ਕਹਿ ਲਿਆ ਕਿ ਮੈਂ ਡੇਲੀ 15 ਮਿੰਟਸ ਵਾਕ ਕਰਨੀ ਆ ਸ਼ਾਮ ਨੂੰ, ਤੁਸੀਂ ਆਪਣੇ ਮਨ 'ਚ ਸੋਚਦੇ ਕਿ ਅੱਜ ਮੈਂ 15 ਮਿੰਟ ਸ਼ਾਮ ਨੂੰ ਵਾਕ ਕਰਨੀ ਆ, ਤੁਸੀਂ ਉਹ ਵੀ ਕਹੀ ਜਾਂਦੇ ਆ ਡੇਲੀ ਜਾਊਂਗੀ, ਤੁਸੀਂ ਸੋਚੀ ਜਾਂਦੇ ਕੱਲ੍ਹ ਸੈਰ 'ਤੇ ਜਾਊਂਗੀ, ਪਰਸੋਂ ਸੈਰ 'ਤੇ ਜਾਊਂਗੀ, ਪਰ ਤੁਸੀਂ ਜਾਂਦੇ ਨਹੀਂ, ਉਹ ਤੁਹਾਡਾ ਆਪਣੇ ਆਪ ਨਾਲ ਟਰੱਸਟ ਟੁੱਟਣਾ ਸ਼ੁਰੂ ਹੋ ਜਾਂਦਾ ਅਤੇ ਤੁਹਾਡਾ ਕੌਨਫੀਡੈਂਸ ਡਾਊਨ ਹੋ ਜਾਂਦਾ। ਅਗਰ 5 ਮਿੰਟ ਦਾ ਟਾਸਕ ਵੀ ਤੁਸੀਂ ਆਪਣੇ ਮੂੰਹੋਂ ਜ਼ਬਾਨ ਕੱਢੀ ਹੈ ਨਾ, ਜਾਂ ਤਾਂ ਕੱਢੋ ਨਾ, 5 ਮਿੰਟ ਦਾ ਟਾਸਕ ਵੀ ਕਿਹਾ ਕਿ ਅੱਜ ਮੈਂ ਕਰਨਾ ਹੈ, ਤਾਂ 15 ਮਿੰਟਸ ਦੀ ਬਜਾਏ 10 ਮਿੰਟਸ ਵੀ ਵਾਕ 'ਤੇ ਚੱਲ ਜਾਓ, ਤੁਹਾਡੇ ਮਾਇੰਡ ਔਰ ਬੋਡੀ ਦਾ ਇੱਕ ਟਰੱਸਟ ਬਿਲਡਅਪ ਹੋਊਗਾ ਕਿ ਜੋ ਮੈਂ ਕਹਿੰਦੀ ਹਾਂ, ਕਹਿੰਦਾ ਹਾਂ, ਉਹ ਮੈਂ ਕਰਦਾ ਹਾਂ, ਉਹ ਮੈਂ ਪੂਰਾ ਕੰਪਲੀਟ ਕਰਦਾ ਹਾਂ। ਇੱਦਾਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਸ਼ੁਰੂ ਕਰੋ। ਆਈ ਹੋਪ ਇਸ ਵੀਡੀਓ ਨੂੰ ਜ਼ਿਆਦਾ ਲੰਬਾ ਲੈ ਕੇ ਨਾ ਜਾਂਦੇ ਹੋਏ ਤੁਹਾਨੂੰ ਗੱਲ ਮੇਰੀ ਬੈਨੀਫਿਸ਼ੀਅਲ ਲੱਗੀ ਹੋਵੇ। ਅਤੇ ਯਾਰ, ਇੱਕ ਆਰਟਿਸਟ ਨੂੰ ਲਾਈਕ ਕਮੈਂਟ ਦੀ ਸਪੋਰਟ ਆ, ਅਤੇ ਆਈ ਭੁਪਿੰਦਰ ਬਡਵਾਲ ਨੂੰ ਇੰਸਟਾ 'ਤੇ ਇੰਨਾ ਪਿਆਰ ਦੇਣ ਲਈ ਥੈਂਕ ਯੂ, ਅਤੇ ਯੂਟਿਊਬ 'ਤੇ ਮੇਰਾ ਭੁਪਿੰਦਰ ਬਡਵਾਲ ਓਫਿਸ਼ੀਅਲ ਯੂਟਿਊਬ ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਸ਼ੇਅਰ ਕਰ ਦਿਓ, ਕਮੈਂਟ ਕਰਕੇ ਦੱਸਿਓ, ਐਂਡ ਤੁਹਾਡੇ ਹੋਰ ਵੀ ਕੁਐਸਚਨਸ ਆ ਉਹ ਇੰਸਟਾਗ੍ਰਾਮ 'ਤੇ ਮੈਨੂੰ ਟੈਕਸਟ ਕਰਕੇ ਦੱਸਿਓ। ਲਵ ਯੂ ਸੋ ਮਚ, ਥੈਂਕ ਯੂ, ਰੱਬ ਰੱਖਾ। ਡੇਲੀ ਵੀਡੀਓ ਆਊਗੀ ਯੂਟਿਊਬ 'ਤੇ, ਲਵ ਯੂ ਆਲ, ਰੱਬ ਰੱਖਾ।